ਬਿਰਾਜਮਾਨ ਗੁਰੂ ਪਿਆਰੀ ਸਾਧ ਸੰਗਤ ਜੀਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਆਪਣੇ ਮੁਖਾਰਬਿੰਦ ਤੋਂ ਪੰਥ ਦੀ ਝੋਲੀ ਦੇ ਵਿੱਚ ਮਹਾਨ ਵਾਕ ਪਾਇਆ, ਜਉ ਤੋ ਪ੍ਰੇਮ ਖਿਲਿੰਦ ਕਾ ਚਾਉ, ਸਿਰ ਧੜ ਤਲੀ ਗਲੀ ਮੇਰੀ ਆਓ, ਇਤ ਮਾਰਗ ਪੈ ਤਰੀਜੇ, ਸਿਰ ਦੀਜੇ ਕਾਣ ਲਗੀਜੇ। ਇਸ ਪੰਕਤੀ ਨੂੰ ਜੇ ਗੰਭੀਰਤਾ ਨਾਲ ਵਿਚਾਰੀਏ ਤਾਂ ਪਹਿਲੀ ਪੰਕਤੀ ਦੇ ਵਿੱਚ ਗੁਰੂ ਸਾਹਿਬ ਨੇ ਕਿਹਾ, ਜਉ ਤੋ ਪ੍ਰੇਮ ਖਿਲਣ ਕਾ ਚਾਉ, ਇੱਕ ਐਸਾ ਖੇਡ ਹੈ, ਇੱਕ ਐਸੀ ਗੇਮ ਹੈ ਕਿ ਜਿਹੜਾ ਬਗੈਰ ਪ੍ਰੇਮ ਤੇ ਬਗੈਰ ਚਾਉ ਦੇ ਖੇਡਿਆ ਨਹੀਂ ਜਾ ਸਕਦਾ। ਇੱਕ ਬੱਚੇ ਦੇ ਹੱਥ ਵਿੱਚ ਜੇਕਰ ਖਿਡੌਣੇ ਫੜਾ ਦਈਏ ਤੇ ਉਹਨੂੰ ਕਹੀਏ ਕਿ ਤੂੰ ਇਹ ਖਿਡੌਣੇ ਨਾਲ ਖੇਡ, ਜਦ ਤੱਕ ਉਹਦੇ ਮਨ ਦੇ ਵਿੱਚ ਚਾਉ ਨਹੀਂ ਹੋਏਗਾ ਉਹ ਬੱਚਾ ਉਹ ਖਿਡੌਣੇ ਨਾਲ ਵੀ ਨਹੀਂ ਖੇਡੇਗਾ। ਗੁਰੂ ਦੀ ਬਖਸ਼ਿਸ਼ ਹੁੰਦੀ ਹੈ ਤਾਂ ਫਿਰ ਇਹੋ ਜਿਹਾ ਚਾਉ ਪੈਦਾ ਹੁੰਦਾ ਹੈ, ਸ਼ਹੀਦੀਆਂ ਦਾ ਚਾਉ ਪੈਦਾ ਹੁੰਦਾ ਹੈ, ਗੁਰੂ ਘਰ ਤੋਂ ਆਪਣੇ ਆਪ ਨੂੰ ਨਿਛਾਵਰ ਕਰਨ ਦਾ ਚਾਉ ਪੈਦਾ ਹੁੰਦਾ ਹੈ। ਇਹ ਚਾਉ ਵਾਸਤੇ ਇੱਕ ਐਸੀ ਗੇਮ ਹੈ ਕਿ ਪ੍ਰੇਮ ਬਹੁਤ ਜ਼ਰੂਰੀ ਹੈ। ਤੇ ਉਸ ਦੇ ਵਿੱਚ ਅਗਲੀ ਪੰਕਤੀ ਸੱਚੇ ਪਾਤਸ਼ਾਹ ਕੀ ਕਹਿੰਦੇ ਨੇ, ਕੈਸੀ ਖੇਡ ਹੈ, ਸਿਰ ਫਿਰ ਤਲੀ ਗਲੀ ਮੇਰੀ ਆਓ। ਇਹ ਗੇਮ ਐਸੀ ਹੈ, ਇਹ ਖੇਡ ਐਸੀ ਹੈ ਕਿ ਇਹਦੇ ਵਿੱਚ ਜਿਵੇਂ ਕਿ ਪੁਰਾਤਨ ਸਮੇਂ ਦੇ ਵਿੱਚ ਅਤੇ ਵਰਤਮਾਨ ਸਮੇਂ ਦੇ ਵਿੱਚ ਸਿੰਘਾਂ ਨੇ ਸਿਰ ਆਪਣਾ ਤਲੀ ਤੇ ਰੱਖ ਕੇ ਗੁਰੂ ਦੇ ਘਰ ਤੋਂ ਸਿਧਾਂਤ ਤੋਂ ਨਿਛਾਵਰ ਕਰਤਾ। ਮੈਂ ਸਮਾਂ ਸੀਮਿਤ ਸਮੇਂ ਦੇ ਵਿੱਚ ਅਖੀਰਲੀ ਗੱਲ ਆਪਣੀ ਇਹੋ ਕਹਾਂਗਾ, ਅੱਜ ਜਿਸ ਦੌਰ ਤੋਂ ਅਸੀਂ ਗੁਜ਼ਰ ਰਹੇ ਹਾਂ ਇਹ ਬਹੁਤ ਜ਼ਰੂਰੀ ਹੈ। ਸ਼੍ਰੀ ਅਕਾਲ ਤਖਤ ਸਾਹਿਬ ਦੀ ਪ੍ਰਭ ਸੱਤਾ, ਸ਼੍ਰੀ ਅਕਾਲ ਤਖਤ ਸਾਹਿਬ ਦਾ ਮਹਾਨ ਸਿਧਾਂਤ, ਮੇਰੀ ਪੀੜ੍ਹੀ ਦਾ ਸਿਧਾਂਤ ਅੱਜ ਸਾਡੇ ਪੰਥ ਦੋਖੀ ਲੁੱਟ ਕੇ ਲੈ ਗਏ। ਸਾਨੂੰ ਜਾਗਰੂਕ ਹੋਣਾ ਪਏਗਾ ਖਾਲਸਾ ਜੀ। ਉਹ ਸਮਾਂ ਸਾਨੂੰ ਅੱਜ ਵੰਗਾਰ ਕੇ ਕਹਿ ਰਿਹਾ ਕਿ ਸਾਹਿਬ ਸ੍ਰੀ ਗੁਰੂ ਅਕਾਲ ਤਖਤ ਸਾਹਿਬ ਜੀ ਦੀ ਮਾਨ ਮਰਿਆਦਾ ਦੇ ਅਤੇ ਪ੍ਰਭੂ ਸੱਤਾ ਦੇ ਵਾਸਤੇ ਅਸੀਂ ਜਾਗਰੂਕ ਹੋਈਏ, ਅਸੀਂ ਲਾਮਬੰਦ ਹੋਈਏ ਅਤੇ ਜਿਹਨਾਂ ਲੋਕਾਂ ਨੇ ਇੱਥੇ ਕਬਜ਼ਾ ਕੀਤਾ ਹੋਇਆ ਇਸ ਕਬਜ਼ੇ ਨੂੰ ਅਸੀਂ ਛੁਡਾਉਣ ਦੀ ਕੋਸ਼ਿਸ਼ ਕਰੀਏ। ਇਹਨਾਂ ਸ਼ਬਦਾਂ ਦੇ ਨਾਲ ਮੈਂ ਲੋੜਾਂ ਛੱਡ ਕੇ ਆਪਣੇ ਆਪ ਨੂੰ ਕੁਰਬਾਨ ਕੀਤਾ ਨਮਸਕਾਰ ਹੈ ਉਹਨਾਂ ਦੇ ਜੀਵਨ ਨੂੰ। ਖਾਲਸਾ ਜੀ, ਗੁਰੂ ਵਾਸਤੇ ਮਰਨਾ ਅਤੇ ਗੁਰੂ ਵਾਸਤੇ ਜੀਵਣਾ ਇਹ ਦੋਵੇਂ ਹੀ ਗੱਲਾਂ ਔਖੀਆਂ ਨੇ। ਗੁਰੂ ਮਿਹਰ ਕਰੇ, ਸਿਰ 'ਤੇ ਮਿਹਰ ਭਰਿਆ ਹੱਥ ਧਰੇ, ਗੁਰਸਿੱਖਾਂ ਦੀ ਕਮਾਈ ਗੁਰੂ ਦੀ ਮਿਹਰ ਨਾਲ ਹੀ ਇੱਥੋਂ ਤਾਈਂ ਪਹੁੰਚਿਆ ਜਾ ਸਕਦਾ ਹੈ। ਬਹੁਤਾ ਸਮਾਂ ਨਾ ਲੈਂਦਿਆਂ ਹੋਇਆਂ ਇੱਥੇ ਖਿਮਾ ਦੇ ਜਾ ਚੁੱਕੇ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਅਖੰਡ ਕੀਰਤਨੀ ਜਥਾ ਤੋਂ ਭਾਈ ਬਲਦੇਵ ਸਿੰਘ ਜੀ ਖਾਲਸਾ। ਹੁਣ ਮੈਂ ਬੇਨਤੀ ਕਰਾਂਗਾ